ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਜੋ ਪੁਰਾਤਨ ਦਰਬਾਰ ਸਾਹਿਬ ਸੀ ਓਹਦੇ ਲਹਿੰਦੇ ਵਾਲੇ ਪਾਸੇ ਅਟਾਰੀ ਸੀ। ਉਸ ਅਟਾਰੀ ਦੀ ਸਪੋਰਟ ਦੇ ਨਾਲ ਨਿਸ਼ਾਨ ਸਾਹਿਬ ਲੱਗਾ ਹੋਇਆ ਸੀ ਜੋ ਬਿਲਕੁਲ ਨਿੱਗਰ ਸੀ। ਹੋਰ ਕਿਸੇ ਵੀ ਅਸਥਾਨ ਤੇ ਐਸਾ ਨਿਸ਼ਾਨ ਸਾਹਿਬ ਨਹੀਂ ਜੋ ਅੱਜ ਵੀ ਉੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ। ਬਿਲਕੁਲ ਨਿੱਗਰ ਸੀ, 95 ਫੁੱਟ ਉਸਦੀ ਉਚਾਈ ਹੈ ਨਿਸ਼ਾਨ ਸਾਹਿਬ ਦੀ ਤੇ ਤਕਰੀਬਨ 700 ਮਨ ਦਾ ਉਸ ਨਿਸ਼ਾਨ ਸਾਹਿਬ। ਉਹਦੇ ਚੜ੍ਹਦੇ ਵਾਲੇ ਪਾਸੇ ਦਰਸ਼ਨੀ ਜੂੜੀ ਸੀ ਜੋ ਸਰੋਵਰ ਦੀ ਪਰਿਕਰਮਾ ਤੋਂ ਅਸੀਂ ਉੱਪਰ ਚੜ੍ਹ ਕੇ ਦਰਸ਼ਨੀ ਜੂੜੀ ਵਿੱਚ ਦੀ ਹੁੰਦੇ ਹੋਏ ਫਿਰ ਦਰਬਾਰ ਸਾਹਿਬ ਪਹੁੰਚਦੇ ਸੀ। ਪੁਰਾਤਨ ਸਮੇਂ ਦੇ ਵਿੱਚ ਜੋ ਦਰਬਾਰ ਸਾਹਿਬ ਦੇ ਵਿੱਚ ਪਾਲਕੀ ਸਾਹਿਬ ਸੀ, ਪਾਲਕੀ ਸਾਹਿਬ ਦੇ ਵਿੱਚ ਪਹਿਲਾਂ ਕੇਵਲ ਸ਼ਸਤਰ ਹੀ ਸਜਾਏ ਜਾਂਦੇ ਸਨ, ਸੰਗਤਾਂ ਸ਼ਸਤਰਾਂ ਨੂੰ ਨਮਸਕਾਰ ਕਰਦੀਆਂ ਸਨ। ਜਿਸ ਸਮੇਂ ਤੋਂ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਆਇਆ, ਇਸ ਤੋਂ ਪਹਿਲਾਂ ਸੰਤ ਮਹਾਂਪੁਰਸ਼ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਕਾਫੀ ਉੱਥੇ ਸੰਗਤਾਂ ਦੇ ਵਿੱਚ ਪ੍ਰਚਾਰ ਕੀਤਾ ਔਰ ਪੁਜਾਰੀਆਂ ਦੇ ਕੋਲੋਂ ਉਹ ਅਸਥਾਨ ਜਿਹੜਾ ਸੀ ਉਹ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਦਿੱਤਾ ਸੀ। ਜੂੜੀ ਦੇ ਬਿਲਕੁਲ ਨਾਲ ਹੀ ਔਰ ਉਸ ਸਮੇਂ ਤੋਂ ਹੀ ਦਰਬਾਰ ਸਾਹਿਬ ਦੇ ਵਿੱਚ ਸ਼ਸਤਰਾਂ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਣਾ ਆਰੰਭ ਕੀਤਾ ਗਿਆ ਜੀ। ਉਸ ਦੇ ਨਾਲ ਹੀ ਦਰਸ਼ਨ ਜੂੜੀ ਦੇ ਇੱਕ 12 ਦਰੀ ਅਸਥਾਨ ਹੈ ਜੋ 84 ਦੇ ਵਿੱਚ ਬੰਬ ਵੱਜਣ ਕਰਕੇ ਅਗਨੀ ਗੋਲੇ ਵੱਜਣ ਕਰਕੇ ਸਾਰਾ ਉਹ ਢਹਿ ਚੁੱਕਿਆ ਸੀ ਤੇ ਉਸ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਸੀ, ਦਸਮ ਗ੍ਰੰਥ ਦਾ ਸਰੂਪ ਵੀ ਸੀ ਜਿਹੜੇ ਅਗਨ ਭੇਟ ਹੋ ਚੁੱਕੇ ਸਨ। ਉਸ ਤੋਂ ਪਹਿਲਾਂ ਆਪਣੇ 12 ਦਰੀ ਦੇ ਵਿੱਚ ਹੀ 3 ਪ੍ਰਕਾਸ਼ ਹੋਇਆ ਕਰਦੇ ਸਨ, ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਫਰੀਦਕੋਟ ਦਾ ਟੀਕਾ ਜਿਸ ਦਾ ਆਕਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਕਰੀਬਨ ਸਮਾਨ ਸੀ। 4 ਭਾਗਾਂ ਦੇ ਵਿੱਚ ਫਰੀਦਕੋਟ ਦਾ ਟੀਕਾ ਸੀ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਆਕਾਰ ਜਿੰਨੇ ਟੀਕੇ ਬਣੇ ਹੋਏ ਸਨ। ਇੱਕ ਦਸਮ ਗ੍ਰੰਥ ਦਾ ਪ੍ਰਕਾਸ਼ ਉੱਥੇ ਹੋਇਆ ਕਰਦਾ ਸੀ। ਦਾਸ ਨੇ ਉਸ ਅਸਥਾਨ ਤੇ ਸੇਵਾਦਾਰ ਤੋਂ ਆਪਣੀ ਡਿਊਟੀ ਸ਼ੁਰੂ ਕੀਤੀ ਔਰ ਰਾਤ ਦੇ ਵਿੱਚ ਕਈ ਵਾਰੀ ਪਹਿਰਾ ਵੀ ਦੇਣਾ, ਖੜਾ ਪ੍ਰਸ਼ਾਦ ਵੀ ਬਣਾਉਣਾ ਤੇ ਉੱਥੇ ਪ੍ਰਕਾਸ਼ ਵੀ ਕਰਨ ਦੀ ਡਿਊਟੀ ਦਾਸ ਨਿਭਾਉਂਦਾ ਰਿਹਾ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਵੀ ਸੇਵਾਦਾਰ ਤੋਂ ਸੇਵਾ ਕਰਾਉਂਦਿਆਂ ਕਰਾਉਂਦਿਆਂ ਇਸ ਅਸਥਾਨ ਤੇ ਸਤਿਗੁਰਾਂ ਨੇ ਪਹੁੰਚਾਇਆ ਦਾਸ ਨੂੰ, ਇਹ ਪਾਤਸ਼ਾਹ ਦੀ ਰਹਿਮਤ ਹੈ। ਜਿਸ ਸਮੇਂ 84 ਦੇ ਵਿੱਚ ਇਹ ਘੱਲੂਘਾਰਾ ਹੋਇਆ, ਘੱਲੂਘਾਰੇ ਹੋਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸਤਿਕਾਰਯੋਗ ਸੰਤ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਉਹਨਾਂ ਨੇ ਆਰੰਭ ਕਰ ਦਿੱਤੀ ਸੀ, ਪਰ ਉਹ ਅਜੇ ਥੋੜੀ ਸੇਵਾ ਹੀ ਸ਼ੁਰੂ ਹੋਈ ਸੀ। ਜਿਸ ਦੌਰਾਨ ਉਹ 84 ਦਾ ਅਟੈਕ ਹੋਇਆ, 84 ਦੇ ਅਟੈਕ ਦੇ ਵਿੱਚ ਅਟਾਰੀ ਦੇ ਵਿੱਚ ਵੀ ਕਾਫੀ ਗੋਲੇ ਲੱਗੇ ਸਨ ਤੇ 12 ਦਰੀ ਦੇ ਵਿੱਚ ਵੀ ਬਹੁਤ ਸਾਰਾ ਜੋ ਉਹਨਾਂ ਦਾ ਗੋਲੇ ਸੀ, ਅਗਨੀ ਦੇ ਗੋਲੇ ਸੀ, ਜਿਨ੍ਹਾਂ ਨੇ ਵੱਡੇ ਵੱਡੇ ਗਾਡਰਾਂ ਨੂੰ ਪਿੰਗਲ ਕੇ ਪਾਣੀ ਬਣਾ ਦਿੱਤਾ ਸੀ ਔਰ ਵਿੰਗੇ ਹੋ ਗਏ ਸਨ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਹੋਰ ਵੀ ਕੀਮਤੀ ਸਮਾਨ ਸੀ ਔਰ ਉੱਥੇ ਦਸਮ ਗ੍ਰੰਥ ਦਾ ਵੀ ਪਾਵਨ ਸਰੂਪ ਸੀ ਜੋ ਉਸ ਸਮੇਂ ਉੱਥੇ ਪ੍ਰਕਾਸ਼ ਹੋਇਆ ਕਰਦਾ ਸੀ। ਦਾਸ ਕਈ ਵਾਰੀ ਸੇਵਾ ਨਿਭਾਉਂਦਿਆਂ ਉਹ ਵੀ ਸੇਵਾ ਨਾਲ ਕਰਦਾ ਸੀ। ਉਸ ਤੋਂ ਬਾਅਦ ਉਹ ਜੋ ਸਰੂਪ ਸਨ ਉਹ ਅਗਨੀ ਭੇਟ ਹੋ ਗਏ। ਜਿਹੜਾ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਜਾਂਦਾ ਸੀ ਉਹ ਸੇਵਾ ਸ਼ੁਰੂ ਹੋਣ ਕਰਕੇ ਜੋ ਕਲਗੀਧਾਰ ਆਪਣੇ ਦੀਵਾਨ ਅਸਥਾਨ ਸੀ ਉਹਦੇ ਵਿੱਚ ਪ੍ਰਕਾਸ਼ ਕਰਨਾ ਆਰੰਭ ਕਰ ਦਿੱਤਾ ਗਿਆ ਸੀ। ਉਸ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇਵਲ ਕਲਗੀਧਰ ਦੇ ਕਲਗੀਧਰ ਦੀਵਾਨ ਅਸਥਾਨ ਦੇ ਵਿੱਚ ਹੀ ਹੁੰਦਾ ਸੀ। ਦਾਸ ਤਕਰੀਬਨ 72 ਤੋਂ ਲੈ ਕੇ ਕਾਫੀ ਸਮਾਂ ਉੱਥੇ ਸੇਵਾ ਨਿਭਾਉਂਦਾ ਆ ਰਿਹਾ ਸੀ, ਜਿਸ ਦੌਰਾਨ ਗਿਆਨੀ ਲਾਲ ਸਿੰਘ ਜੀ ਸਿੰਘ ਆਪਣੇ ਹੈੱਡ ਗ੍ਰੰਥੀ ਸਾਹਿਬ ਸਨ ਔਰ ਉਸੇ ਦੌਰਾਨ ਹੀ ਸੰਤ ਰਾਮ ਸਿੰਘ ਜੀ ਸੀ ਜੋ ਨਜ਼ਦੀਕ ਇੱਕ ਅਸਥਾਨ ਸੀ ਮਹਾਂਪੁਰਸ਼ਾਂ ਦਾ, ਉੱਥੇ ਉਹ ਆਪਣਾ ਨਿਵਾਸ ਰੱਖਦੇ ਸਨ ਔਰ ਰੋਜ਼ਾਨਾ ਹੀ ਸੰਗਤਾਂ ਨੂੰ ਗੁਰਬਾਣੀ ਦੀ ਗੁਰ ਇਤਿਹਾਸ ਦੀ ਕਥਾ ਵੀ ਸਰਵਣ ਕਰਵਾਇਆ ਕਰਦੇ ਸਨ। ਦਸਮ ਗ੍ਰੰਥ ਦੀ ਕਥਾ ਨਹੀਂ ਹੋਇਆ ਕਰਦੀ ਸੀ, ਕੇਵਲ ਸੰਗਤਾਂ ਦਰਸ਼ਨ ਕਰਨ ਵਾਸਤੇ ਆਪਣੇ ਪੜ੍ਹਨ ਵਾਸਤੇ ਉਥੋਂ ਗੁਰੂ ਆਪਣੇ ਦਸਮ ਗ੍ਰੰਥ ਦੇ ਹਜ਼ੂਰੀ ਬੈਠ ਕੇ ਆਪਣੇ ਨਿਤਨੇਮ ਦੀਆਂ ਬਾਣੀਆਂ ਜਾਪ ਸਾਹਿਬ ਵੀ ਆਦਿ ਉਥੋਂ ਪੜ੍ਹ ਲੈਂਦੇ ਸਨ। ਕਹਿਣ ਤੋਂ ਭਾਵ ਕਿ ਉਸ ਸਮੇਂ ਪ੍ਰਕਾਸ਼ ਸੀ। ਉਸ ਦੌਰਾਨ ਡਿਊਟੀ ਦੇ ਦੌਰਾਨ ਦਾਸ ਨੂੰ ਤਕਰੀਬਨ 2-3 ਵਾਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਨਿਵਾ ਆਪਣੇ ਵਿਸਾਖੀ ਦੇ ਅਸਥਾਨ ਤੇ ਵੀ
ਵਿਸਾਖੀ ਦੇ ਪੁਰਬ ਤੇ ਵੀ ਜਾਣ ਦਾ ਸੁਭਾਗ ਮਿਲਦਾ ਰਿਹਾ। ਉਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੰਘ ਸਾਹਿਬ ਗਿਆ ਸੰਤ ਲੱਖਾ ਸਿੰਘ ਜੀ ਸੇਵਾ ਨਿਭਾ ਰਹੇ ਸਨ ਜੀ। ਉਹ ਸੰਤ ਲੱਖਾ ਸਿੰਘ ਜੀ ਦੇ ਹੁੰਦਿਆਂ ਦਾਸ ਨੂੰ ਕਈ ਵਾਰੀ ਦਮਦਮਾ ਸਾਹਿਬ ਵਿਖੇ ਵੀ ਦਸਮ ਗ੍ਰੰਥ ਤੋਂ ਹੁਕਮਨਾਮਾ ਲੈਣ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਔਰ ਸੰਤ ਲੱਖਾ ਸਿੰਘ ਜੀ ਵਿਸ਼ੇਸ਼ ਕਰਕੇ ਕੋਲ ਖਲੋ ਕੇ ਸੁਣਿਆ ਕਰਦੇ ਸਨ ਤੇ ਸਤਿਗੁਰੂ ਪਾਤਸ਼ਾਹ ਦੀ ਅਸੀਸ ਵੀ ਬਖਸ਼ਿਸ਼ ਕਰਿਆ ਕਰਦੇ ਸਨ।